ਸੰਗਤ ਜੀ, ਅੱਜ ਨਾ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮੌਜੂਦ ਹਾਂ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਦੇ ਉੱਤੇ ਮੌਜੂਦ ਹਾਂ, ਜਿੱਥੇ 40 ਮੁਕਤੀ ਦੀ ਧਰਤੀ ਕਹਿੰਦੇ ਨੇ। ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਿਗੁਰੂ ਜੀ ਨੇ ਇੱਥੇ ਆ ਕੇ ਟਿੱਬੀ ਸਾਹਿਬ ਦੇ ਅਸਥਾਨ 'ਤੇ ਮਹਾਰਾਜ ਨੇ ਆਪਣਾ ਆਸਣ ਕੀਤਾ, ਉੱਥੇ ਬੈਠੇ। ਇੱਥੇ ਫਿਰ ਉਹਨਾਂ ਸਿੰਘਾਂ ਨੇ ਪਿੱਛੇ ਆ ਰਹੀ ਵਜ਼ੀਰ ਖਾਨ ਫੌਜ ਦਾ ਮੁਕਾਬਲਾ ਕਰਨ ਵਾਸਤੇ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਹੈ, ਇੱਥੇ ਇੱਕ ਤੰਬੂਆਂ ਦਾ ਰੂਪ ਦੇ ਦਿੱਤਾ। ਝਾੜੀਆਂ ਕਰੀਰਾਂ 'ਤੇ ਆਪਣੇ ਬਸਤਰ ਚਾਦਰੇ ਕਸ਼ਹਿਰੇ ਦਸਤਾਰਾਂ ਆਦਿਕ ਪਾ ਕੇ, ਤਾਂ ਕਿ ਦੁਸ਼ਮਣ ਨੂੰ ਇੱਥੇ ਵੱਡੀ ਫੌਜ ਹੋਣ ਦਾ ਭੁਲੇਖਾ। ਮਹਾਰਾਜ ਟਿੱਬੀ ਸਾਹਿਬ ਦੇ ਸਥਾਨ ਤੋਂ ਆਏ ਇੱਥੇ ਆ ਕੇ, ਜਿਹੜੇ ਕੇ ਸਿੰਘ ਉਸ ਵੇਲੇ ਅਜੇ ਭਾਈ ਮਹਾਂ ਸਿੰਘ ਜੀ ਸਹਿਕ ਰਹੇ ਸਨ, ਉਹਨਾਂ ਦੇ ਸੀਸ ਨੂੰ ਸਤਿਗੁਰਾਂ ਜੀ ਨੇ ਆਪਣੀ ਝੋਲੀ ਦੇ ਵਿੱਚ ਲਿਆ, ਉਹਨਾਂ ਦਾ ਮੁੱਖ ਸਾਫ ਕੀਤਾ, ਆਖਰੀ ਇੱਛਾ ਪੁੱਛੀ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਹੱਥ ਜੋੜ ਕੇ ਭਾਈ ਮਹਾਂ ਸਿੰਘ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਜੋ ਸਾਡੇ ਤੋਂ ਭੁੱਲ ਹੋ ਗਈ ਆਪ ਜੀ ਨੂੰ ਲਿਖ ਕੇ ਦੇ ਦਿੱਤਾ ਸੀ, ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ। ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ। ਉਹਨਾਂ ਸ਼ਹੀਦਾਂ ਦੀ ਸਾਲਾਨਾ ਜਿਹੜਾ ਜੋੜ ਮੇਲਾ ਹੈ ਤੇ 21 ਵਿਸਾਖ ਨੂੰ, ਪਰ ਵੱਡੇ ਪੱਧਰ 'ਤੇ ਇਹਨੂੰ ਮਾਘੀ ਮੇਲੇ ਦੇ ਰੂਪ ਵਿੱਚ ਜੋ ਮਨਾਇਆ ਜਾਂਦਾ ਹੈ, ਮਾਘੀ ਮੇਲੇ 'ਤੇ ਲੱਖਾਂ ਦੀ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਨਤਮਸਤਕ ਹੋਣ ਵਾਸਤੇ ਪੁੱਜਦੀ ਹੈ। ਵਾਹਿਗੁਰੂ 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 ਜੀ। ਇਹ ਖਿਦਰਾਣੇ ਦੇ ਹਿੱਸੇ ਦੀ ਢਾਬ ਸੀ ਅਤੇ ਇਸੇ ਢਾਬ ਨੂੰ ਹੀ ਫਿਰ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਅਤੇ ਇਸੇ ਢਾਬ 'ਤੇ ਕਬਜ਼ਾ ਕੀਤਾ ਸੀ। ਅਤੇ ਜਦੋਂ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਗੁਰੂ ਪਿਆਰ ਦੇ ਵਿੱਚ ਉਹ ਜੂਝੇ, ਤਾਂ ਉਹਨਾਂ ਦੀ ਇਸ ਕੁਰਬਾਨੀ 'ਤੇ ਮਹਾਰਾਜ ਨੇ ਮੁਕਤਿਆਂ ਦਾ ਖਿਤਾਬ ਦਿੱਤਾ ਸੀ ਉਹਨਾਂ ਨੂੰ, ਅਤੇ ਖਿਦਰਾਣੇ ਦੀ ਢਾਬ ਇਸੇ ਕਰਕੇ ਫਿਰ ਉਹਨਾਂ ਮੁਕਤਿਆਂ ਦੇ ਨਾਮ 'ਤੇ ਸ੍ਰੀ ਮੁਕਤਸਰ ਸਾਹਿਬ ਵਜੋਂ ਇਹ ਜਾਣੀ ਜਾਂਦੀ ਹੈ। ਮਾਘੀ ਦਾ ਮੇਲਾ ਇਸ ਵਾਰ 2023 ਦੇ ਵਿੱਚ ਹੈ, ਜਿਹੜਾ ਇਹ 13-14 ਅਤੇ 15 ਜਨਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਹਦੇ ਵਾਸਤੇ ਸਾਰੇ ਪ੍ਰਬੰਧ ਹੈ ਉਹ ਸਤਿਕਾਰਯੋਗ ਮੈਨੇਜਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੈ ਜਿਹੜੇ ਉਹ ਮੁਕੰਮਲ ਕਰ ਲਏ ਗਏ ਆ। ਲੱਖਾਂ ਦੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਉਹ ਹਾਜ਼ਰੀਆਂ ਭਰਨ ਵਾਸਤੇ ਆਉਂਦੀ ਹੈ, ਨਤਮਸਤਕ ਹੋਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਬਲਜਿੰਦਰ ਸਿੰਘ। ਸੋ ਸੰਗਤ ਜੀ, ਅੱਜ ਨਾ
ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮੌਜੂਦ ਹਾਂ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਦੇ ਉੱਤੇ ਮੌਜੂਦ ਹਾਂ, ਜਿੱਥੇ 40 ਮੁਕਤੀ ਦੀ ਧਰਤੀ ਕਹਿੰਦੇ ਨੇ। ਗੱਲਬਾਤ ਕਰਾਂਗੇ, ਪੂਰਾ ਇਤਿਹਾਸ ਆ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਸ ਤਰ੍ਹਾਂ ਜੋ ਇੱਥੇ ਮਾਘੀ ਦਾ ਮੇਲਾ ਜਿਹੜਾ ਮੁਕਤਸਰ ਦੇ ਵਿੱਚ ਲੱਗਦਾ ਹੈ, ਮਨਾਇਆ ਜਾਂਦਾ ਹੈ, ਅਤੇ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਇੱਥੋਂ ਬਾਬਾ ਜੀ ਮੌਜੂਦ ਨੇ। ਬਾਬਾ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਾਬਾ ਜੀ ਕੀ ਨਾਮ ਆ ਜੀ? ਭਾਈ ਜਗਵੀਰ ਸਿੰਘ ਜੀ। ਬਾਬਾ ਜੀ ਇੱਕ ਵਾਰੀ ਜ਼ਰੂਰ ਇਤਿਹਾਸ ਬਾਰੇ ਦੱਸੀ ਆਪਾਂ ਇਸ ਪਵਿੱਤਰ ਸਥਾਨ ਦੇ। ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ। ਇਹ ਮੁਕਤਸਰ ਸਾਹਿਬ ਦੀ ਉਹ ਪਾਵਨ ਧਰਤੀ ਜਿਸ ਦਾ ਪਿਛੋਕੜ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨਾਲ ਜੁੜਦਾ ਹੈ। ਅਨੰਦਪੁਰ ਸਾਹਿਬ ਦੀ ਧਰਤੀ 'ਤੇ 8 ਮਹੀਨੇ ਦਾ ਘੇਰਾ ਪਿਆ। 8 ਮਹੀਨੇ ਦੇ ਘੇਰੇ ਦੇ ਵਿੱਚ ਕੁਝ ਸਿੰਘ ਜਿਹੜੇ ਇਹ ਲਿਖ ਕੇ ਦੇਣ ਵਾਸਤੇ ਮਜਬੂਰ ਹੋ ਗਏ ਕਿ ਮਹਾਰਾਜ ਅਸੀਂ ਆਪ ਜੀ ਦੇ ਸਿੱਖ ਨਹੀਂ ਹਾਂ। ਜਦੋਂ ਲਿਖ ਕੇ ਦੇ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 6 ਪੋਹ ਦੀ ਰਾਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। 7 ਪੋਹ ਨੂੰ ਸਰਸਾ ਦੇ ਕੰਢੇ ਜੰਗ ਹੋਈ। 8 ਨੂੰ ਚਮਕੌਰ ਦੀ ਗੜੀ 'ਚ ਸਤਿਗੁਰਾਂ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਬਹੁਤ ਸਾਰੇ ਪਿਆਰੇ ਸ਼ਹੀਦ ਹੋਏ। ਉੱਥੋਂ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਤੋਂ ਅੱਗੇ ਸਫ਼ਰ ਤੈਅ ਕਰਦਿਆਂ ਹੋਇਆਂ ਰਾਏਕੋਟ ਪੁੱਜੇ। ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦਾ ਪਤਾ ਲੱਗਾ। ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਦੋਂ ਚਾਲੇ ਪਾਏ, ਬਹਿਬਲ ਸਰਾਵਾਂ ਜੈਤੋਂ ਕੋਟਕਪੂਰਾ ਹੁੰਦਿਆਂ ਹੋਇਆਂ ਜਦੋਂ ਰਾਮਿਆਣੇ ਦੀ ਧਰਤੀ 'ਤੇ ਪੁੱਜੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਸਿੰਘ ਮਾਝੇ ਦੇ ਜਿਹੜੇ ਵਿਦਾਵਾ ਲਿਖ ਕੇ ਗਏ ਸਨ, ਉਹ ਸਾਰੇ ਸਿੰਘ ਰਾਮਿਆਣੇ ਦੀ ਧਰਤੀ 'ਤੇ ਮਿਲੇ। ਸਤਿਗੁਰੂ ਜੀ ਦੇ ਨਾਲ ਕੋ ਉੱਥੇ ਬੈਠ ਕੇ ਵਿਚਾਰ ਹੋਈ। ਬਹੁਤ ਸਾਰੇ ਹੋਰ ਵੀ ਸਿੰਘ ਮਾਝੇ ਤੋਂ ਆਏ ਸਨ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਕਿਹਾ, ਮਹਾਰਾਜ ਆਪ ਜੀ ਜੰਗਾਂ ਯੁੱਧਾਂ ਵਾਲਾ ਰਸਤਾ ਜਿਹੜਾ ਛੱਡ ਦੇਵੋ, ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਰਹੋ ਅਤੇ ਅਸੀਂ ਆਪ ਜੀ ਨੂੰ ਪੂਜਦੇ ਰਹੀਏ, ਸਿਮਰਦੇ ਰਹੀਏ, ਜੁੜੇ ਰਹੀਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਹਾ ਵੀ ਜੇ ਤਾਂ ਸਾਡੇ ਸਿੱਖ ਬਣ ਕੇ ਆਏ ਹੋ ਤਾਂ ਸਾਡੇ ਅਨੁਸਾਰ ਚੱਲਣਾ ਪਏਗਾ, ਅਤੇ ਜੇ ਆਪਣੀ ਮਨਾਉਣ ਆਏ ਹੋ ਤਾਂ ਫਿਰ ਅਸੀਂ ਉਸ ਤਰ੍ਹਾਂ ਨਹੀਂ ਚੱਲ ਸਕਦੇ। ਉਹ ਕੁਝ ਆਦਮੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਜੇ ਤੁਸੀਂ ਸਾਡੇ ਅਨੁਸਾਰ ਨਹੀਂ ਚੱਲਣਾ ਤਾਂ ਤੁਸੀਂ ਵੀ ਲਿਖਦੇ ਜਾਓ, ਅਸੀਂ ਤੁਹਾਡੇ ਸਿੱਖ ਨਹੀਂ। ਉਹਨਾਂ 'ਚੋਂ ਵੀ ਕੁਝ ਆਦਮੀਆਂ ਨੇ ਲਿਖ ਕੇ ਦੇ ਦਿੱਤਾ। ਇਹਨਾਂ ਨੂੰ ਸੁਨੇਹਾ ਪੁੱਜਾ ਕਿ ਵਜ਼ੀਰ ਖਾਂ ਦੀ ਫੌਜ ਪਿੱਛੇ ਚੜ੍ਹ ਕੇ ਆ ਰਹੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਤੁਰ ਪਏ। ਤਾਂ ਉਸ ਵੇਲੇ ਮਾਤਾ ਭਾਗ ਕੌਰ, ਭਾਈ ਮਾਹ ਸਿੰਘ ਜੀ ਅਗਵਾਈ ਦੇ ਵਿੱਚ ਇੱਕ ਲੀਕ ਖਿੱਚ ਦਿੱਤੀ, ਜਿਹਦੇ ਨਾਲ ਇਹ ਬਾਤ ਬਾਕੀ ਜਿਹੜੇ ਸਾਰੇ ਸਿੰਘ ਰਾਮਿਆਣੇ ਦੀ ਧਰਤੀ ਤੋਂ ਸਤਿਗੁਰਾਂ ਜੀ ਦੇ ਪਾਸ ਮਗਰੀ ਇਸ ਪਾਸੇ ਵੱਲ ਨੂੰ ਤੁਰ ਪਏ। ਸਤਿਗੁਰੂ ਜੀ ਨੇ ਇੱਥੇ ਆ ਕੇ ਟਿੱਬੀ ਸਾਹਿਬ ਦੇ ਅਸਥਾਨ 'ਤੇ ਮਹਾਰਾਜ ਨੇ ਆਪਣਾ ਆਸਣ ਕੀਤਾ, ਉੱਥੇ ਬੈਠੇ। ਇੱਥੇ ਫਿਰ ਉਹਨਾਂ ਸਿੰਘਾਂ ਨੇ ਪਿੱਛੇ ਆ ਰਹੀ ਵਜ਼ੀਰ ਖਾਨ ਫੌਜ ਦਾ ਮੁਕਾਬਲਾ ਕਰਨ ਵਾਸਤੇ, ਜਿੱਥੇ ਗੁਰਦੁਆਰਾ ਤੰਬੂ ਸਾਹਿਬ ਹੈ, ਇੱਥੇ ਇੱਕ ਤੰਬੂਆਂ ਦਾ ਰੂਪ ਦੇ ਦਿੱਤਾ। ਝਾੜੀਆਂ ਕਰੀਰਾਂ 'ਤੇ ਆਪਣੇ ਬਸਤਰ, ਚਾਦਰੇ, ਕਸ਼ਹਿਰੇ, ਦਸਤਾਰਾਂ ਆਦਿਕ ਪਾ ਕੇ, ਤਾਂ ਕਿ ਦੁਸ਼ਮਣ ਨੂੰ ਇੱਥੇ ਵੱਡੀ ਫੌਜ ਹੋਣ ਦਾ ਭੁਲੇਖਾ ਪਵੇ, ਜੋ ਕਿ ਇੱਕ ਜੰਗ ਨੀਤੀ ਸੀ। ਢਾਬ 'ਤੇ ਸਿੱਖਾਂ ਨੇ ਕਬਜ਼ਾ ਕਰ ਲਿਆ। ਵਜ਼ੀਰ ਖਾਨ ਦੀ ਆ ਰਹੀ ਫੌਜ ਨਾਲ ਬੜੀ ਭਰਵੀਂ ਜੰਗ ਹੋਈ। ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਟਿੱਬੀ ਸਾਹਿਬ ਦੇ ਸਥਾਨ ਤੋਂ ਵੀ ਤੀਰਾਂ ਦੀ ਵਰਖਾ ਕਰਕੇ ਆਪਣੇ ਸਿੰਘਾਂ ਦੀ ਮਦਦ ਕਰਦੇ ਰਹੇ। ਇੱਥੇ ਇੱਕ ਦਿਨ ਦੀ ਫੌਜ ਵੀ ਉਹ ਨਾ ਲੜ ਸਕੀ। ਪਿਆਸੀ ਫੌਜ ਪਿੱਛੇ ਨੂੰ ਮੁੜ ਗਈ, ਜ਼ਖਮੀਆਂ ਦੀ ਸੰਭਾਲ ਵੀ ਨਾ ਕੀਤੀ। ਮਹਾਰਾਜ ਟਿੱਬੀ ਸਾਹਿਬ ਦੇ ਸਥਾਨ ਤੋਂ ਆਏ। ਇੱਥੇ ਆ ਕੇ ਜਿਹੜੇ ਕਿ ਸਿੰਘ ਉਸ ਵੇਲੇ ਅਜੇ ਭਾਈ ਮਾਹ ਸਿੰਘ ਜੀ ਸਹਿਕ ਰਹੇ ਸਨ, ਉਹਨਾਂ ਦੇ ਸੀਸ ਨੂੰ ਸਤਿਗੁਰਾਂ ਜੀ ਨੇ ਆਪਣੀ ਝੋਲੀ ਦੇ ਵਿੱਚ ਲਿਆ, ਉਹਨਾਂ ਦਾ ਮੁੱਖ ਸਾਫ਼ ਕੀਤਾ, ਆਖਰੀ ਇੱਛਾ ਪੁੱਛੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਹੱਥ ਜੋੜ ਕੇ ਭਾਈ ਮਾਹ ਸਿੰਘ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਜੋ ਸਾਡੇ ਤੋਂ ਭੁੱਲ ਹੋ ਗਈ ਆਪ ਜੀ ਨੂੰ ਲਿਖ ਕੇ ਦੇ ਦਿੱਤਾ ਸੀ, ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਬੇਦਾਵਾ ਭਾਈ ਮਾਹ ਸਿੰਘ ਦੇ ਸਾਹਮਣੇ ਚਾਕ ਕਰ ਦਿੱਤਾ, ਪਾੜ ਦਿੱਤਾ, ਅਤੇ ਉਹਨਾਂ ਸਿੰਘਾਂ ਦੀ ਟੁੱਟੀ ਗਣ ਲਈ। ਉਹਨਾਂ
ਸ਼ਹੀਦਾਂ ਦੀ ਸਾਲਾਨਾ ਜਿਹੜਾ ਜੋੜ ਮੇਲਾ ਹੈ ਅਤੇ 21 ਵੈਸਾਖ ਨੂੰ ਪਰ ਵੱਡੇ ਪੱਧਰ 'ਤੇ ਇਹਨੂੰ ਮਾਘੀ ਮੇਲੇ ਦੇ ਰੂਪ ਵਿੱਚ ਜੋ ਮਨਾਇਆ ਜਾਂਦਾ ਹੈ ਮਾਘੀ ਮੇਲੇ 'ਤੇ ਲੱਖਾਂ ਦੀ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਨਤਮਸਤਕ ਹੋਣ ਵਾਸਤੇ ਪੁੱਜਦੀ ਹੈ। ਬਾਬਾ ਜੀ ਜਿਵੇਂ ਨਾ ਖਦਰਾਣੇ ਦੀ ਢਾਬ ਵੀ ਕਿਹਾ ਜਾਂਦਾ ਹੈ, ਉਹ ਕਦੋਂ ਕਿਹਾ ਜਾਂਦਾ ਖਦਰਾਣੇ ਦੀ ਢਾਬ? ਇਹ ਸਥਾਨ ਪਹਿਲਾਂ ਇਹ ਜਿਹੜਾ ਪਾਣੀ ਮੀਆਂ ਦਾ ਕੇਵਲ ਇਕੱਠਾ ਹੁੰਦਾ ਸੀ, 3 ਭਰਾ ਸਨ, ਖਿਦਰਾਣਾ, ਰੁਪਾਣਾ ਅਤੇ ਧੰਗਾਣਾ। ਇਹ ਖਿਦਰਾਣੇ ਦੇ ਹਿੱਸੇ ਦੀ ਢਾਬ ਸੀ ਅਤੇ ਇਸੇ ਢਾਬ ਨੂੰ ਹੀ ਫਿਰ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਅਤੇ ਇਸੇ ਢਾਬ 'ਤੇ ਕਬਜ਼ਾ ਕੀਤਾ ਸੀ। ਅਤੇ ਜਦੋਂ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਗੁਰੂ ਪਿਆਰ ਦੇ ਵਿੱਚ ਉਹ ਜੂਝੇ, ਤਾਂ ਉਹਨਾਂ ਦੀ ਇਸ ਕੁਰਬਾਨੀ 'ਤੇ ਮਹਾਰਾਜ ਨੇ ਮੁਕਤਿਆਂ ਦਾ ਖਿਤਾਬ ਦਿੱਤਾ ਸੀ ਉਹਨਾਂ ਨੂੰ, ਅਤੇ ਖਿਦਰਾਣੇ ਦੀ ਢਾਬ ਇਸੇ ਕਰਕੇ ਫਿਰ ਉਹਨਾਂ ਮੁਕਤਿਆਂ ਦੇ ਨਾਮ 'ਤੇ ਸ਼੍ਰੀ ਮੁਕਤਸਰ ਸਾਹਿਬ ਵਜੋਂ ਇਹ ਜਾਣੀ ਜਾਂਦੀ ਹੈ। ਇੱਥੇ ਕਿੰਨੇ ਗੁਰਦੁਆਰਾ ਸਾਹਿਬ ਨੇ ਇਸ ਸਥਾਨ ਦੇ ਉੱਤੇ? ਹੁਣ ਇੱਥੇ 3 ਸਥਾਨ ਇੱਥੇ ਪਰਿਕਰਮਾ ਵਿੱਚ ਨੇ ਅਤੇ 3 ਸਥਾਨ ਇੱਥੋਂ ਜਿਹੜੇ ਦੂਰ 2-2.5 ਕਿਲੋਮੀਟਰ ਦੀ ਵਿੱਥ 'ਤੇ ਆ, ਗੁਰਦੁਆਰਾ ਟਿੱਬੀ ਸਾਹਿਬ, ਦਾਤਨਸਰ ਸਾਹਿਬ, ਰਕਾਬਸਰ ਸਾਹਿਬ, ਜੋ ਸੰਗਤਾਂ ਦਰਸ਼ਨ ਕਰਦੇ ਨੇ। ਅੱਛਾ, ਸਰੋਵਰ ਦੀ ਲੰਬਾਈ ਵੀ ਕਾਫੀ, ਮੈਂ ਕਹਿੰਦਾ ਸਰੋਵਰ ਬਹੁਤ ਵੱਡਾ ਨਾ, ਇਹ ਪੰਜਾਬ ਦੇ ਵਿੱਚ ਕਹਿ ਲਈਏ ਵੱਡਾ ਸਰੋਵਰ ਮੰਨਿਆ ਜਾਂਦਾ। ਇਹ ਤਰਨ ਤਾਰਨ ਸਾਹਿਬ ਤੋਂ ਦੂਜੇ ਥਾਂ 'ਤੇ ਇਹ ਸਰੋਵਰ ਹੈ, 9 ਏਕੜ ਦੇ ਵਿੱਚ ਫੈਲਿਆ ਹੋਇਆ। ਅੱਛਾ, ਹੁਣ ਜਿਹੜਾ ਮਾਘੀ ਦਾ ਮੇਲਾ ਵਾ ਕਦੋਂ ਤੋਂ ਸ਼ੁਰੂ ਹੋਣ ਵਾਲਾ ਅਤੇ ਕਦੋਂ ਇਹਦਾ ਖਤਮ ਹੋਊਗਾ? ਮਾਘੀ ਦਾ ਮੇਲਾ ਇਸ ਵਾਰ 2023 ਦੇ ਵਿੱਚ ਹੈ ਜਿਹੜਾ, ਇਹ 13, 14 ਅਤੇ 15 ਜਨਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਹਦੇ ਵਾਸਤੇ ਸਾਰੇ ਪ੍ਰਬੰਧ ਹੈ ਉਹ ਸਤਿਕਾਰਯੋਗ ਮਨੇਜਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੈ ਜਿਹੜੇ ਉਹ ਮੁਕੰਮਲ ਕਰ ਲਏ ਗਏ ਆ। ਲੱਖਾਂ ਦੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਉਹ ਹਾਜ਼ਰੀਆਂ ਭਰਨ ਵਾਸਤੇ ਆਉਂਦੀ ਹੈ, ਨਤਮਸਤਕ ਹੋਣ ਵਾਸਤੇ ਆਉਂਦੀ ਹੈ, ਅਤੇ ਸੰਗਤ ਨੂੰ ਅਪੀਲ ਵੀ ਹੈ, ਬੇਨਤੀ ਵੀ ਹੈ, ਵੱਧ ਤੋਂ ਵੱਧ ਸੰਗਤਾਂ ਗੁਰੂ ਕੇ ਦਰਸ਼ਨਾਂ ਵਾਸਤੇ ਜ਼ਰੂਰ ਪੁੱਜਣ। ਧੰਨਵਾਦ ਬਾਬਾ ਜੀ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ। ਸੋ ਸੰਗਤ ਜੀ, ਦੱਸ ਦਈਏ ਨਾ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੌਜੂਦ ਹਾਂ, ਦਰਬਾਰ ਸਾਹਿਬ ਦੇ ਦਰਸ਼ਨ ਵੀ ਤੁਹਾਡੇ ਨਾਲ ਸਾਂਝੇ ਕਰਵਾਏ ਅਤੇ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕੀਤਾ। ਇਸ ਪਾਸੇ ਤੁਸੀਂ ਦੇਖ ਰਹੇ ਹੋ ਵੀ ਦਰਬਾਰ ਸਾਹਿਬ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਆ, ਅਤੇ ਦੂਸਰੇ ਪਾਸੇ ਜਿਹੜਾ ਗੁਰਦੁਆਰਾ ਤੰਬੂ ਸਾਹਿਬ ਆ। ਸੋ ਅੱਜ ਦੀ ਜੇ ਵੀਡੀਓ ਵਧੀਆ ਲੱਗੀ, ਜਾਣਕਾਰੀ ਵਧੀਆ ਲੱਗੀ, ਤੁਹਾਨੂੰ ਦੱਸਦੀ ਵੀ ਨਾ ਮਾਘੀ ਦਾ ਮੇਲਾ ਜਿਹੜਾ ਇੱਥੇ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਲੋਹੜੀ ਤੋਂ ਅਗਲੇ ਦਿਨ। ਸੋ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਜੁੜੇ ਰਹੋ ਲਵ ਪੰਜਾਬ ਦੇ ਨਾਲ, ਮੇਰੇ ਨਾਲ ਮੇਰੇ ਕੈਮਰਾ ਪਰਸਨ ਅਰਸ਼ਦੀਪ ਕੈਲੇ, ਸ੍ਰੀ ਮੁਕਤਸਰ ਸਾਹਿਬ।